ਵਿਦਿਆਰਥੀਓ ਅੱਜ ਮੈਂ ਤੁਹਾਨੂੰ ਨਕਸ਼ਾ ਭਰਵਾਉਣ ਬਾਰੇ ਦੱਸ ਰਿਹਾ ਕਿ ਆਪਾਂ ਨਕਸ਼ਾ ਕਿਵੇਂ ਭਰਨਾ ਹੁੰਦਾ ਹੈ ਸਹੀ ਢੰਗ ਤਰੀਕੇ ਨਾਲ। ਅੱਜ ਬੁੱਧਵਾਰ ਦਾ ਦਿਨ ਹੈ, ਤੁਹਾਨੂੰ ਕਿਹੜਾ ਨਕਸ਼ਾ ਆਇਆ ਹੈ? ਠੀਕ ਹੈ, ਦੇਖੋ ਬੇਟਾ ਆਪਣੇ ਕੋਲ ਇੱਕ ਨਕਸ਼ਾ ਹੈਗਾ। ਦੇਖੋ ਇਹ ਸਾਰੇ ਇੱਕੋ ਸੀਰੀਜ਼ ਦੇ ਵਿੱਚ ਹੈਗੇ ਨੇ। ਦੇਖੋ ਇਹ ਹੈ ਪੰਜਾਬ, ਇਹ ਹੈ ਹਰਿਆਣਾ, ਇਹ ਹੈ ਉੱਤਰ ਪ੍ਰਦੇਸ਼ ਤੇ ਇਹ ਹੈ ਬਿਹਾਰ। ਹੁਣ ਦੇਖੋ ਬੇਟਾ ਆਪਣੇ ਕੋਲ ਇਹ ਹੈਗਾ ਇੱਕ, ਦੇਖੋ ਨਕਸ਼ਾ। ਠੀਕ ਹੈ, ਆਪਾਂ ਇਸਦੀ ਪਹਿਲਾਂ ਤਾਂ ਦੇਖੋ ਸਾਰੀ ਇਸ ਤਰ੍ਹਾਂ ਬਾਉਂਡਰੀ ਜਿਹੜੀ ਹੈਗੀ ਆ ਉਹ ਲਗਾ ਲੈਣੀ ਹੈ। ਠੀਕ ਹੈ, ਇਹ ਮਤਲਬ ਕਿ ਆਪਣੇ ਕੋਲ ਇੱਕ ਨਕਸ਼ਾ, ਇਹ ਮੈਂ ਤੁਹਾਨੂੰ ਇੱਥੇ ਦਿਖਾ ਰਿਹਾ ਤਾਂ ਮੈਂ ਇਹਦੀ ਬਾਉਂਡਰੀ ਲਗਾ ਲਈ ਹੈ। ਵੈਸੇ ਤੁਹਾਡੇ ਕੋਲ ਨਕਸ਼ਾ ਜਿਹੜਾ ਆਮ ਹੋਏਗਾ, ਜਿਵੇਂ ਦੇਖੋ ਤੁਹਾਡੇ ਕੋਲ ਇਹ ਨਕਸ਼ਾ ਹੁੰਦਾ ਹੈ, ਇਹ ਦੇਖੋ। ਠੀਕ ਹੈ, ਇੱਥੇ ਤੁਸੀਂ ਉਹ ਬਣਾਉਣਾ ਹੈ। ਅਤੇ ਆਪਾਂ ਹੁਣ ਕਿਵੇਂ ਇਹ ਨਕਸ਼ਾ ਦੇਖੋ ਬਣਾਉਣਾ ਹੈਗਾ। ਸਭ ਤੋਂ ਪਹਿਲੀ ਗੱਲ, ਕਦੀ ਵੀ ਨਕਸ਼ੇ ਦੇ ਵਿੱਚ ਰੰਗਾਂ ਦਾ ਇਸਤੇਮਾਲ ਨਹੀਂ ਕਰੋ। ਠੀਕ ਹੈ, ਦੂਜੀ ਗੱਲ ਕਿ ਨਕਸ਼ਾ ਹਮੇਸ਼ਾ ਪੈਨਸਲ ਦੇ ਨਾਲ ਹੀ ਬਣਦਾ ਹੁੰਦਾ। ਠੀਕ ਹੈ, ਹੁਣ ਤੁਸੀਂ ਕਹਿੰਦੇ ਰੰਗਾਂ ਦੇ ਵਿੱਚ ਨਹੀਂ ਕਰਨਾ ਇਸਤੇਮਾਲ, ਤੇ ਫਿਰ ਇਹ ਕਿਵੇਂ ਆਪਾਂ ਬਣਾਉਣੀ? ਇਹਦੀ ਜਗ੍ਹਾ ਤੁਸੀਂ ਕੋਈ ਡਿਜ਼ਾਇਨ ਬਣਾ ਸਕਦੇ। ਠੀਕ ਹੈ, ਤਾਂ ਆਹ ਦੇਖੋ ਬੇਟਾ ਇਹਦੇ ਵਿੱਚ ਆਹ ਵਾਲਾ ਦੇਖੋ ਰਾਜ ਹੈਗਾ, ਦੇਖੋ ਪੰਜਾਬ। ਠੀਕ ਹੈ, ਇਹ ਨਾਲ ਹੀ ਇਹਦੇ ਹੈਗਾ ਦੇਖੋ ਹਰਿਆਣਾ ਵਾਲਾ। ਠੀਕ ਹੈ, ਇਹ ਹੈਗਾ ਉੱਤਰ ਪ੍ਰਦੇਸ਼ ਤੇ ਇਹ ਹੈ ਬਿਹਾਰ। ਇਹ ਆਪਾਂ ਬੇਟਾ ਦੇਖੋ ਇੱਥੋਂ ਡਰੋਅ ਕਰ ਲਏ ਨੇ ਫਿਲਹਾਲ ਇਹਦੇ ਵਿੱਚ। ਅਤੇ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜਾ ਮੈਪ ਹੈ ਉਹਦਾ ਹੈਡਿੰਗ ਆਪਾਂ ਨੇ ਲਿਖਣਾ ਜ਼ਰੂਰੀ ਹੁੰਦਾ। ਬਿਨਾਂ ਹੈਡਿੰਗ ਤੋਂ ਮੈਪ ਜਿਹੜਾ ਹੈਗਾ ਉਹਦੀ ਕੋਈ ਵੈਲਿਊ ਨਹੀਂ ਹੈ। ਦੇਖੋ ਸਭ ਤੋਂ ਪਹਿਲਾਂ ਕੀ ਹੈ, ਭਾਰਤ ਦੇ ਨਕਸ਼ੇ ਵਿੱਚ ਕਿਹੜੇ ਕਿਹੜੇ ਰਾਜ ਹੈ? ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਰਾਜ। ਠੀਕ ਹੈ, ਪਹਿਲਾਂ ਇਹਦਾ ਹੈਡਿੰਗ ਬਣ ਗਿਆ, ਦੇਖੋ ਇਹ ਹੈਡਿੰਗ ਹੈ। ਠੀਕ ਹੈ, ਉਸ ਤੋਂ ਬਾਅਦ ਇੱਥੇ ਸਾਰੇ ਬੱਚਿਆਂ ਨੇ ਰੋਲ ਨੰਬਰ ਜ਼ਰੂਰ ਆਪਣਾ ਲਿਖਣਾ ਹੁੰਦਾ। ਠੀਕ ਹੈ, ਜੋ ਵੀ ਤੁਹਾਡਾ ਰੋਲ ਨੰਬਰ ਹੈ ਉਹ ਤੁਸੀਂ ਇੱਥੇ ਲਿਖੋ। ਉਸ ਤੋਂ ਬਾਅਦ ਦੇਖੋ ਜੇਕਰ ਇੱਥੇ ਤੁਹਾਨੂੰ ਸੰਕੇਤ ਬਣਾਉਣ ਲਈ ਬੋਕਸਿਸ ਡੱਬੀਆਂ ਦਿੱਤੀਆਂ ਹੋਣ ਤਾਂ ਠੀਕ ਹੈ, ਨਹੀਂ ਤਾਂ ਤੁਸੀਂ ਇੱਥੇ ਜਿਹੜੇ ਹੈਗੇ ਆ ਉਹ ਬੋਕਸਿਸ ਜਿਹੜੇ ਹੈਗੇ ਆ ਬਣਾ ਲੈਣੇ। ਕਿੰਨੇ ਆਪਾਂ ਨੂੰ ਇੱਕ, ਦੋ, ਤਿੰਨ, ਚਾਰ ਰਾਜ ਨਾ? ਦੇਖੋ ਇੱਕ ਬੋਕਸ, ਇਹ ਦੇਖੋ ਦੋ ਬੋਕਸ, ਆ ਦੇਖੋ ਤਿੰਨ ਅਤੇ ਚਾਰ ਬੋਕਸ। ਠੀਕ ਹੈ ਨਾ, ਉੱਪਰ ਲਿਖਾਂਗੇ ਆਪਾਂ ਇਹਦੇ 'ਤੇ ਸੰਕੇਤ। ਠੀਕ ਹੈ, ਹੁਣ ਦੇਖੋ ਤੁਹਾਨੂੰ ਮੈਂ ਦੱਸਿਆ ਰੰਗ ਤਾਂ ਆਪਾਂ ਭਰਨੇ ਨਹੀਂ, ਹੁਣ ਆਪਾਂ ਕੀ ਕਰ ਸਕਦੇ ਹਾਂ ਇਹਨਾਂ ਨੂੰ ਵੱਖਰੀ ਸ਼ੇਡਿੰਗ ਦੇ ਸਕਦੇ। ਦੇਖੋ ਇਹਦੇ ਵਿੱਚ ਪੰਜਾਬ ਦੇ ਵਿੱਚ ਆਪਾਂ ਦੀ ਬਾਉਂਡਰੀ ਲਗਾ ਕੇ ਇਹਦੇ ਵਿੱਚ ਆਪਾਂ ਨੇ ਇਹ ਵਾਲਾ ਦੇਖੋ ਲਾਈਨਸ ਲਗਾ ਦੀਆਂ, ਤਾਂ ਆਪਾਂ ਇਹਦੇ ਵਿੱਚ ਇੱਥੇ ਲਾਈਨਸ ਲਗਾ ਸਕਦੇ ਹਾਂ। ਇੱਥੇ ਲਿਖ ਦਾਂਗੇ ਆਪਾਂ ਪੰਜਾਬ। ਠੀਕ ਹੈ, ਹੁਣ ਦੂਜੇ ਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਲਾਈਨਸ ਲਗਾ ਕੇ ਆਪਾਂ ਨੀਚੇ ਨੂੰ ਵੀ ਲਾਈਨਸ ਲਗਾ ਦਿੱਤੀਆਂ। ਕਹਿਣ ਦਾ ਭਾਵ ਇੱਥੇ ਆਪਾਂ ਡੱਬੀਆਂ ਦਾ ਪੈਟਰਨ ਬਣਾ ਆਪਾਂ ਇੱਥੇ ਲਾਈਨਸ ਲਈਆਂ ਇੱਦਾਂ ਇੱਦਾਂ ਕਰਕੇ ਡੱਬੀਆਂ ਦਾ ਪੈਟਰਨ ਬਣਾ ਤਾ। ਇਹ ਲਿਖਿਆ ਹਰਿਆਣਾ ਰਾਜ। ਠੀਕ ਹੈ, ਹਰਿਆਣੇ ਲਈ ਆਪਾਂ ਇੰਡੀਕੇਸ਼ਨ। ਹੁਣ ਆਪਾਂ ਨੇ ਅੱਗੇ ਦਾ ਜਿਹੜਾ ਰਾਜ ਹੈਗਾ ਉਹ ਉੱਤਰ ਪ੍ਰਦੇਸ਼ ਹੈ। ਉੱਤਰ ਪ੍ਰਦੇਸ਼ ਲਈ ਆਪਾਂ ਦੇਖੋ ਇਸ ਤਰ੍ਹਾਂ ਦੀਆਂ ਬਿੰਦੀਆਂ ਹਲਕੇ ਹਲਕੇ ਲਗਾ ਰਹੇ। ਇਹ ਆਪਾਂ ਇੰਡੀਕੇਸ਼ਨ ਦੇ ਰਹੇ ਹਾਂ ਵੀ ਜਿਸ ਨਾਲ ਆਪਾਂ ਕਿਹੜਾ ਰਾਜ ਦਿਖਾ ਰਹੇ ਹਾਂ, ਉੱਤਰ ਪ੍ਰਦੇਸ਼। ਇਹ ਆਪਾਂ ਤੁਸੀਂ ਕੋਈ ਵੀ ਇਹਦੇ ਵਾਸਤੇ ਜਿਹੜੇ ਹੈਗੇ ਪੈਟਰਨ ਚੂਜ਼ ਕਰ ਸਕਦੇ ਹੋ। ਇਹ ਆਪਾਂ ਉੱਤਰ ਪ੍ਰਦੇਸ਼ ਦੇ ਦਿਖਾ ਦਿੰਦੇ ਹਾਂ। ਠੀਕ ਹੈ, ਉੱਤਰ ਪ੍ਰਦੇਸ਼। ਹੁਣ ਦੇਖੋ ਅਗਲਾ ਇਹ ਆਪਣੇ ਕੋਲ ਰਹਿ ਗਿਆ ਖਾਲੀ। ਠੀਕ ਹੈ ਨਾ, ਇਹਦੇ ਵਿੱਚ ਆਪਾਂ ਦੇਖੋ ਇਹ ਵਾਲੀ ਨਿਸ਼ਾਨੀ ਦੇਖੋ ਚੂਜ਼ ਕਰ ਲਈ। ਇਹ ਵਾਲਾ ਆਪਾਂ ਪੈਟਰਨ ਜਿਹੜਾ ਬਣਾ ਲਿਆ। ਠੀਕ ਹੈ, ਇਹਦੇ ਵਾਸਤੇ ਕਿਹੜਾ ਰਾਜ ਹੈ? ਇਹ ਬਿਹਾਰ ਰਾਜ ਦੇਖੋ ਬਣ ਗਿਆ। ਇਸ ਤਰ੍ਹਾਂ ਕਰਕੇ ਨਕਸ਼ਾ ਤੁਹਾਡਾ ਬਿਲਕੁਲ ਪੂਰਾ ਹੈ। ਸਭ ਤੋਂ ਉੱਪਰ ਹੈਡਿੰਗ ਨਕਸ਼ੇ ਦਾ, ਰੋਲ ਨੰਬਰ, ਉਸ ਤੋਂ ਬਾਅਦ ਸੰਕੇਤ ਤੇ ਨਕਸ਼ਾ ਜਿਹੜਾ ਹੈ ਪੂਰਾ ਫਿਲ ਅਪ ਕਰਨਾ। ਆ ਦੇਖੋ ਜੇ ਆਪਾਂ ਇਹਨੂੰ ਬੰਦ ਵੀ ਕਰੀਏ ਦੇਖੋ ਪੂਰਾ ਨਕਸ਼ਾ ਤੁਹਾਨੂੰ ਦੇਖੋ ਉੱਥੇ ਦਿਖੇਗਾ, ਬਿਲਕੁਲ ਐਗਜ਼ਾਮੀਨਰ ਨੂੰ ਕਲੀਅਰ ਹੈ ਵੀ ਕਿਹੜਾ ਕਿਹੜਾ ਰਾਜ ਦਿਖਾਇਆ ਹੈ, ਕਿੱਦਾਂ ਕਰਕੇ ਉਹ ਬੱਚੇ ਨੇ ਦਿਖਾਇਆ ਹੈ। ਦੇਖੋ ਪੰਜਾਬ ਕਲੀਅਰ, ਪੰਜਾਬ
हरियाणा क्लियर है, हरियाणा, उत्तर प्रदेश देखो क्लियर है, उत्तर प्रदेश, बिहार देखो क्लियर है, नाल ही उन्होंने बाउंड्री, अरे वो बाउंड्री उन्होंने लगी, बिल्कुल क्लियर है। इस तरह करके तुसी मैप जड़े हैगे बनाने हैं, बना रहे हो तुसी? हाँ, मैं देख रहा किस तरह मैप तुसी कर रहे हो। हाँ बिल्कुल ठीक बेटा, बिल्कुल ठीक बेटा, मैप तुसी इस तरह करके बनाने हैं। तो मैं अध्यापकों भी यही बेनती करांगा कि विद्यार्थियों तो इस तरह जड़े हैगे मैप वो तैयार करवाई जाए।